ਵਿਆਹ ਹੋ ਗਿਆ ਦੇਖ ਲੈ ਘਰ ਵਾਲਾ ਗਿਆਨੀ ਜਿਹਾ ਫਸਿਆ ਲੱਗਦਾ ਕਿਉਂ ਗਿਆਨੀ ਕੀ ਹਾਲ ਨੇ ਮਿੱਤਰੋ ਸਵਾਗਤ ਆ ਅੱਜ ਦੀ ਤੁਹਾਡੀ ਨਵੀਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਾਂ ਕਿੰਨਾ ਸੁਧਾਰ ਲੈ ਕੇ ਆਉਂਦਾ ਪਿੱਛੋਂ ਵੀ ਰੰਗ ਮੁੰਡੇ ਦਾ ਗੋਰਾ ਆਏ ਤੁਸੀਂ ਦੇਖ ਸਕਦੇ ਹੋ ਅੱਜ ਲੈ ਕੇ ਆਏ ਆਪਾਂ ਨਵੀਂ ਵੀਡੀਓ ਤੁਹਾਨੂੰ ਪਤਾ ਕੀ ਹੈ ਜਿਹੜਾ ਵੀ ਮੁੱਦਾ ਚੱਲਦਾ ਆਪਾਂ ਉਹਨਾਂ ਦੇ ਉੱਤੇ ਗੱਲਬਾਤ ਕਰਦੇ ਹਾਂ ਅੱਜ ਵੀਡੀਓ ਲੈ ਕੇ ਆਏ ਆਪਾਂ ਪ੍ਰੀਤ ਟੱਟੀ ਜਿਹਨੂੰ ਇੰਸਟਾਗ੍ਰਾਮ 'ਤੇ ਕਹਿੰਦੇ ਨੇ ਪ੍ਰੀਤ ਜੱਟੀ ਜਿਹਦਾ ਮੁੱਦਾ ਆਪਾਂ ਖਾਇਆ ਅਤੇ ਵੀਡੀਓ ਬੜੇ ਕਾਫੀ ਕਹਿੰਦੇ ਉਹ ਹੋ ਰਹੀਆਂ ਨੇ ਅਤੇ ਅੱਜ ਆਪਾਂ ਉਹਨਾਂ ਦੀ ਗੱਲਬਾਤ ਕਰਾਂਗੇ ਅਤੇ ਅੱਗੇ ਵੱਧਦੇ ਹਾਂ ਆ ਜਾਓ ਸਾਰੇ ਮਿਲ ਕੇ ਕਰਦੇ ਹਾਂ ਗੱਲ ਪ੍ਰੀਤ ਟੱਟੀ ਦੀ ਕਹਿੰਦੇ ਜਿਹਦਾ ਮੁੱਦਾ ਵਖਿਆ ਤੇ ਕਹਿੰਦੇ ਗਿਆਨੀ ਨੇ ਕਹਿੰਦੇ ਆ ਗਿਆਨੀ ਨੇ ਵੀਡੀਓ ਬਣਾ ਕੇ ਪਾਤੀ ਤੇ ਗਿਆਨੀ ਇੰਨਾ ਢੀਠਾ ਰਖੜੇ ਖਾ ਕੇ ਵੀ ਨਹੀਂ ਹਟਿਆ ਜਦੋਂ ਇਹਦੇ ਰਖੜੇ ਰੁਖੜੇ ਪੈ ਗਏ ਤੇ ਉਹਨੂੰ ਕਹਿੰਦਾ ਜਦੋਂ ਤੂੰ ਮੇਰੇ ਕੋਲ ਆਈ ਸੀ ਨਾ ਮੇਰਾ ਕਿਸ ਕਰਨ ਨੂੰ ਜੀ ਕਰਦਾ ਸੀ ਦੇਖ ਲਓ ਇੰਨਾ ਗਿਆਨੀ ਢੀਠਾ ਰਖੜੇ ਖਾ ਕੇ ਵੀ ਨਹੀਂ ਹਟਿਆ ਗਿਆਨੀ ਤੋਂ ਮੁੱਦਾ ਪਖਿਆ ਗਿਆਨੀ ਦੇ ਛੁੱਟੀਆਂ ਚ ਪੈਣਾ ਪ੍ਰੀਤ ਟੱਟੀ ਨੇ ਠੀਕ ਹੈ ਉਹ ਚਲੋ ਆਪਾਂ ਮੰਨਦੇ ਹਾਂ ਗਲਤ ਹੈ ਪਰ ਕਿਸੇ ਦੀ ਵੀਡੀਓ ਬਣਾ ਕੇ ਵਾਇਰਲ ਕਰਨਾ ਉਹ ਉਦੋਂ ਵੀ ਜ਼ਿਆਦਾ ਗਲਤ ਹੈ ਠੀਕ ਆ ਪਹਿਲਾਂ ਅਗਲੇ ਦੇ ਰਾਖੜਾ ਮਾਰੋ ਤੇ ਉਦੋਂ ਬਾਅਦ ਉਹਦੀ ਵੀਡੀਓ ਬਣਾ ਲਓ ਤੇ ਵੀਡੀਓ ਇੰਟਰਨੈਟ ਤੇ ਪਾ ਦਿਓ ਤੇ ਉਸ ਤੋਂ ਬਾਅਦ ਕੀ ਹੋਇਆ ਆ ਜਾਓ ਤੁਸੀਂ ਦੇਖਦੇ ਆ ਮਿੱਤਰੋ ਵੀਡੀਓ ਜਿਹੜੀ ਪ੍ਰੀਤ ਟੱਟੀ ਦੀ ਵਾਇਰਲ ਹੋਈ ਹੈ ਤੇ ਪਹਿਲਾਂ ਤਾਂ ਇਹਨੇ ਬੜਾ ਰੌਲਾ ਪਾਇਆ ਕਹਿੰਦੀ ਮੇਰੀ ਵੀਡੀਓ ਫੇਕ ਨੇ ਇਹ ਇਹਨੇ ਬਣਾਤੀਆਂ ਜੇ ਬਣਾਤੀਆਂ ਹੁਣ ਇਹ ਵੀ ਉਹੀ ਬਣਾਤੀਆਂ ਹੈਂ ਤੂੰ ਗਿਆਨੀ ਦੀ ਵੀਡੀਓ ਵਾਇਰਲ ਕਰੀ ਤੇਰੇ ਤੇ ਉਲਟਾ ਹੀ ਪੈ ਗਿਆ ਮੈਂ ਤਾਂ ਹੈਰਾਨ ਹਾਂ ਵੀ ਰੇਕੀ ਇਹ ਵੀਡੀਓ ਬਣਾਈ ਬੈਠੀ ਹੈ ਕਿਸ ਕਿਸ ਕਰਦੀ ਹੈ ਵੀਡੀਓ ਦੇਖ ਲਓ ਪਿੱਛੇ ਇਹਦੀ ਭੈਣ ਬੈਠੀ ਹੈ ਉਹ ਪੀਪਣੀ ਜੀ ਜਿਹੜੀ ਇੱਕ ਹੋਰ ਹੈ ਇਹਦੇ ਨਾਲ ਪੀਪਣੀ ਜੀ ਇਹਦੀ ਭੈਣ ਪਿੱਛੇ ਬੈਠੀ ਹੈ ਤੇ ਆਪ ਮੂਹਰੇ ਬੈਠੀ ਹੈ ਲੱਗੀ ਪਈ ਐਂ ਕਰਨ ਉਹ ਵੀਡੀਓ ਤਾਂ ਇਹਦੀ ਹੋਰ ਵੀ ਹੈ ਉਹ ਅਸੀਂ ਇੱਥੇ ਪਾ ਨਹੀਂ ਸਕਦੇ ਯੂਟਿਊਬ ਵਾਲਿਆਂ ਨੇ ਉਹਦੀ ਕਹਿ ਦੇਣਾ ਨੋ 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 ਇਹ ਗੰਦੀ ਬਾਤ ਹੈ ਲੱਭਣਗੇ ਉਹ ਵੀਡੀਓ ਇੱਦਾਂ ਦੀ ਆ ਕੁਛ ਉਹ ਆਪਾਂ ਨਹੀਂ ਪਾ ਸਕਦੇ ਠੀਕ ਹੈ ਵੀਡੀਓ ਪਈ ਤੇ ਪੈ ਗਿਆ ਰੌਲਾ ਜਿੱਥੇ ਤੇਰਾ ਘਰ ਵਾਲਾ ਨਹੀਂ ਕੰਮ ਆ ਸਕਿਆ ਉੱਥੇ ਤੇਰਾ ਇਹ ਆਸ਼ਕ ਕੰਮ ਆ ਗੱਡੀ ਚ ਬੈਠੀ ਜੋ ਐ ਕਰਦੀ ਸੀ ਤੂੰ ਤਾਂ ਉਈ ਰਹਿ ਗਿਆ ਤੂੰ ਤਾਂ ਉਈ ਦੇਖਦਾ ਹੀ ਰਹਿ ਗਿਆ ਤੂੰ ਤਾਂ ਚਪੇੜਾ ਖਾਂਦਾ ਹੀ ਰਹਿ ਗਿਆ ਹੁਣ ਤਾਂ ਬਖਸ ਕਰ ਕਹਜੇ ਹੋਰ ਖਾਣੀਆਂ ਨੇ ਚਪੇੜਾ ਘੱਟ ਬੇਇੱਜ਼ਤੀ ਹੋ ਗਈ ਤੇਰੀ ਬਹੁਤ ਬੇਇੱਜ਼ਤੀ ਹੋ ਗਈ ਕਹਜੇ ਕਸਰ ਹੈ ਕੋਈ ਹੋਰ ਚਪੇੜਾ ਖਾਣੀਆਂ ਨੇ ਇਹਦਾ ਯਾਰੀ ਇੱਕ ਭਰਾ ਖੜਾ ਮੈਂ ਕਿਆ ਬਤਾ ਨੇ ਇਹ ਯਾਰੀ ਉਹ ਨਹੀਂ ਹੁੰਦੀ ਵੀ ਫੋਟੋਆਂ ਪਾਲੀਆਂ ਤੇ ਨਾਲ ਪਾਰਟੀਆਂ ਤੇ ਜਾਏ ਯਾਰੀ ਇਹ ਹੁੰਦੀ ਵੀ ਆਪਦਾ ਕੰਮ ਛੱਡ ਕੇ ਤੇ ਦੂਜੇ ਦਾ ਕੰਮ ਆ ਨੇ ਉਹ ਪੰਜਾਬ ਦੇ ਦੋ ਪਾਪੀ ਖੁੰਡ ਜਿਨ੍ਹਾਂ ਦਾ ਅੱਜ ਕੱਲ੍ਹ ਨੌ ਚੱਲਦਾ ਪੂਰਾ ਸੁਰਖੇ ਚ ਇੱਕ ਨੇ ਤਾਂ ਡਬਈ ਚ ਗਾਹ ਪਾਇਆ ਪਿਆ ਤੇ ਇੱਕ ਨੇ ਇੰਡੀਆ ਚ ਗਾਹ ਪਾਇਆ ਪਿਆ ਖੱਦਾ ਹੀ ਪੈਂਦਾ ਦੋਹਾਂ ਦਾ ਪੂਰਾ ਨਾ ਚੱਲਦਾ ਇੱਕ ਡਬਈ ਗਿਆ ਉਹਨੇ ਡਬਈ ਚ ਤਫਾਨ ਲਿਆ ਤੇ ਇੱਧਰ ਇੱਕ ਨੇ ਚਪੇੜਾ ਖਾ ਲਈਆਂ ਤੇ ਉੱਤੋਂ ਵੀਡੀਓ ਵੀ ਵਾਇਰਲ ਹੋ ਗਈ ਖੱਦਾ ਪੈਂਦਾ ਪੂਰਾ ਜਿੱਥੇ ਦੇਖ ਲਓ ਪ੍ਰੀਤ ਟੱਟੀ ਵੀਡੀਓ ਵੀ ਓਏ ਹੋਏ 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 ਇੱਥੇ ਮੈਂ ਦਿਖਾ ਨਹੀਂ ਸਕਦਾ ਨਾ ਤੁਹਾਨੂੰ ਜੇ ਮੈਂ ਦਿਖਾ ਦਾਂ ਤੁਸੀਂ ਕਹਿਣਾ ਓਹੋ ਹੋ ਇਹ ਰਹਾ ਨਹੀਂ ਜਾਤਾ ਤੜਪ ਹੀ ਐਸੀ ਹੈ ਨਾ ਪੈਂਦੀ ਵਾਂਗੂ ਲੈਟੇ ਅਸਰ ਕਰੂ ਲੱਗੇ ਕਈ ਆਦਤਾਂ ਤਾਂ ਛਡਵਾਉਗੀ ਓ ਸਿੰਗਲ ਪਿਆਰ ਫੋਟਾ ਡਬਲ ਹੋਇਆ ਇੱਕ ਜੁੜਿਆ ਇਹ ਦੇਖੋ ਵੀਡੀਓ ਵਾਇਰਲ ਹੋਈ ਤੇ ਲੋਕਾਂ 'ਚ ਹੋਈ ਚਰਚਾ ਤੁਸੀਂ ਦੇਖ ਲਈ ਹੁਣ ਲੋਕਾਂ ਨੇ ਵੀਡੀਓ ਤਾਂ ਸਾਰਿਆਂ ਨੇ ਦੇਖ ਹੀ ਲਓ ਮੈਨੂੰ ਸਭ ਦਾ ਪਤਾ ਵੀ ਸਾਰਿਆਂ ਨੇ ਵੀਡੀਓ ਦੇਖ ਹੀ ਲਈ ਹੋਣੀ ਵੀਡੀਓ ਵਾਇਰਲ ਹੋਈ ਤੇ ਨਾਲ ਦੀ ਨਾਲ ਵਿਆਹ ਵੀ ਕਰਤਾ ਦੂਏ ਦਿਨੀ ਚੱਕ ਤੇ ਫੱਟੇ ਇਹਦੀ ਭੈਣ ਨੂੰ ਗਾਹ ਪੈ ਗਿਆ ਇਹ ਤਾਂ ਉਹਨਾਂ ਨੂੰ ਵੀ ਤੇਜ਼ ਨਿਕਲੇ ਕੁੱਲੜ ਪੀਜੇ ਵਾਲੇ ਨੂੰ ਉਹ ਤਾਂ ਚੱਲ 2-3 ਮਹੀਨੇ ਬਾਅਦ ਆਏ ਸੀ ਤਾਂ ਨਾਲ ਦੀ ਨਾਲ ਚੱਕ ਕੇ ਵਿਆਹ ਹੋਇਆ ਤੇ ਨਾਲ ਦੀ ਨਾਲ ਵੀਡੀਓ ਵੀ ਪਾਤੀ ਕਰਾ ਕੇ
ਵੀਡੀਓ ਵਾਇਰਲ ਹੋ ਗਈ, ਆਪਾਂ ਲੋਕਾਂ ਨੂੰ ਇਹ ਹੋ ਗਿਆ ਵੀ ਇਹਨਾਂ ਦੀ ਵੀਡੀਓ ਵਾਇਰਲ ਹੋ ਗਈ ਵੀ ਹੁਣੇ ਕੀ ਕਰੂ, ਪਰ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈਗੀ। ਇਹਨਾਂ ਨੇ ਵਿਆਹ ਹੋ ਗਿਆ ਚੂੜਾ ਪਾ ਕੇ ਉਹ ਤੋਂ ਗਾਣਾ ਪਾਤਾ ਆਉਂਦਾ ਜਾਂਦਾ ਰਹੀ ਹਮੇਸ਼ਾ, ਤੇ ਲੇਰੀ ਦਿਲ ਦੇ ਦਰਵਾਜ਼ੇ ਖੁੱਲੇ, ਦਰਵਾਜ਼ੇ ਤਾਂ ਆਪ ਹੀ ਖੁੱਲ ਗਏ, ਵਿਆਹ ਹੋ ਗਿਆ ਓਏ ਜੱਸੇ ਇਹੋ ਜਿਹਾ ਤੈਨੂੰ ਕਿੰਨੀ ਵਾਰੀ ਕਿਹਾ ਤੂੰ ਲੁੱਚੀਆਂ ਗੱਲਾਂ ਜਮੇ ਨੀ ਕਰਨੀਆਂ, ਤੂੰ ਸਾਫ਼ ਸੁਥਰਾ ਬੰਦਾ ਗਾ, ਜਮਾ ਇਹ ਜੀ ਗੱਲ ਨੀ ਕਰਨੀ। ਕਹਿੰਦੀ ਆਉਂਦਾ ਜਾਂਦਾ ਰਹੀ ਹਮੇਸ਼ਾ ਦਿਲ ਦੇ ਦਰਵਾਜ਼ੇ ਖੁੱਲੇ, ਵਿਆਹ ਕਰਵਾ ਲਿਆ ਕਮਲੀ ਨੇ ਚਦਰੀ ਨੇ ਪਰ ਆਸਕ ਨਹੀਂ ਛੱਡੇ, ਵਿਆਹ ਕਰਵਾ ਲਿਆ ਚਦਰੀ ਨੇ ਪਰ ਆਸਕ ਨਹੀਂ ਛੱਡੇ। ਹੈਂ ਵਿਆਹ ਹੋ ਗਿਆ ਦੇਖ ਲੈ, ਘਰ ਵਾਲਾ ਗਿਆਨੀ ਜਿਹਾ ਫਸਿਆ ਲੱਗਦਾ, ਕਿਉਂ ਗਿਆਨੀ ਫਸ ਗਿਆ, ਲੈ ਲਿਆ ਪੰਗਾ ਪੁੱਠਾ, ਪੁੱਠਾ ਪੰਗਾ ਲੈ ਲੈ ਗਿਆਨੀ, ਪੁੱਠਾ ਪੰਗਾ ਲੈ ਲੈ ਗਿਆਨੀ। ਉਹ ਤਾਂ ਤੈਨੂੰ ਯਾਦ ਨਹੀਂ ਆ ਜਦੋਂ ਉਹਨੂੰ ਕੁਲਫੀ ਖਵਾਉਂਦਾ ਸੀ, ਕੁਲਫੀ ਆਹ ਫਿਰ ਯਾਰ ਗੱਲ ਹੋਰ ਹੀ ਗੱਲਾਂ ਕਰੀ ਜਾਂਦੇ ਹੋ, ਤੁਹਾਨੂੰ ਕੀ ਪਤਾ ਇਹਨੀ ਕਰੀ ਜਾਂਦੇ। ਉਦੋਂ ਤਾਂ ਗਿਆਨੀ ਬੜਾ ਪੈ ਬੈਠਾ ਸੀਗਾ, ਉਹ ਤਾਂ ਕਿੱਸਾ ਕਰਦਾ ਸੀਗਾ, ਓਏ ਦੱਸੇ ਦੂਈ ਵੀਡੀਓ ਮੈਂ ਵਿੱਚ ਪਾ ਨਹੀਂ ਸਕਦਾ। ਗਿਆਨੀ ਫਸ ਗਿਆ ਤੂੰ, ਇੰਸਟਾ ਨਾ ਚਲਾ ਲਈ, ਕਮੈਂਟਾਂ 'ਚ ਥਾੜ 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 ਹੋਣੀ ਹੈ। ਮੈਂ ਕਿਹਾ ਹੱਥ ਨਾਲ ਆਜੋ ਬਾਬੇ, ਆਪਣੇ ਨਾਲ ਖੜੀ ਆ ਪ੍ਰੀਤ ਜੱਟੀ, ਇਤਲੀ ਵਾਲੀ ਹੈ ਬੀਬੀ ਗੋ, ਕੀ ਹੈ ਬੀਬੀ ਗੋ ਦਾ ਇਹਦੀ ਕਮੀ ਦੀ ਸਾਰੇ ਨਮੂਨੇ ਜਿਹਦੀ, ਮੈਨੂੰ ਹੱਥ ਨਾਲ ਆਜੋ ਮੇਰੇ ਨਾਲ ਖੜੀ ਆ ਪ੍ਰੀਤ ਜੱਟੀ। ਉਹ ਤੈਂ ਵੀ ਲਪੇਟੇ ਖਾਣੇ ਨੇ ਹੁਣ, ਤੇਰੇ ਨਾਲ ਖੜੀ ਹੈ ਪ੍ਰੀਤ ਜੱਟੀ, ਉਹ ਕਿਸੇ ਨਾਲ ਹੋਰ ਖੜ ਗਈ, ਉਹ ਹੋਰ ਖੜ ਗਈ, ਤੈਂ ਵੀ ਖਾਣੇ 'ਚ ਪੇੜੇ ਜਾ ਬੇਬੀ ਗੋ, ਖਾ ਕੇ ਲਪੇੜਾ ਹੋ ਜਾਓ ਗੋ, ਤੈਂ ਵੀ ਚਪੇੜੇ ਖਾਣੇ ਆ ਹੁਣ, ਤੇਰੀ ਕਸਰ ਰਹਿ ਗਈ ਸੀ। ਉਹ ਇੰਨੇ ਨਮੂਨੇ ਆਉਂਦੇ ਮੈਂ ਤਾਂ ਹੈਰਾਨ ਆ, ਪਤਾ ਨੀ ਕਿੱਥੋਂ ਕਿੱਥੋਂ ਦੇ ਲੈ। ਹੱਥ ਨਾਲ ਲਾ ਜਾਓ ਕੋਈ ਮੇਰੇ ਨਾਲ ਖੜੀ ਹੈ ਪ੍ਰੀਤ ਜੱਟੀ, ਤੁਹਾਡੇ ਚਪੇੜਾ ਪੈਣੀ, ਉਹ ਤੇਰੇ ਵਰਗਾ ਇੱਕ ਪਹਿਲਾਂ ਖਾ ਕੇ ਹਟੇ, ਉਹਦਾ ਵਿਆਹ ਹੋ ਗਿਆ ਹੁਣ ਤਾਂ ਘਰ ਵਾਲਾ ਵੀ ਖੱਲੂ ਨਾਲ ਸਾੜੋ, ਪਤਾ ਵੀ ਲੱਗਣਾ ਕਿੱਥੇ ਸਿੱਟਾ ਕੁੱਟ ਕੇ ਵੱਡੇ ਇਹ ਜਾ ਬੇਬੀ ਗੋ ਦੇ। ਗਿਆਨੀ ਕਿਹੜਾ ਘੱਟ ਲੁੱਚਾ, ਲਫੇੜੇ ਖਾ ਕੇ ਵੀ ਨੀ ਟਿਕਦਾ ਮੇਰਾ ਸਾਲਾ, ਲਫੇੜੇ ਖਾ ਕੇ ਨੀ ਟਿਕਦਾ ਸਾਲਾ ਮਾਊ ਜਿਹਾ ਦੇਲ ਲਾ। ਏਡਾ ਤੇਰਾ ਕਿਹੜਾ ਰੂਹ ਵਾਲਾ ਪਿਆਰ ਸੀ, ਉਹ ਤਾਂ ਕਿਸੇ ਹੋਰ ਪਾਸੇ ਬੈਠੀ ਸੀ, ਉਹ ਤਾਂ ਕਿਸੇ ਪਾਸੇ ਹੋਰ ਉਹ ਕਰੀ ਜਾਂਦੀ ਸੀ। ਓਏ ਹੋਏ ਗਿਆਨੀ ਰਹਿਣ ਦੇ ਬਸ ਕਰ ਯਾਰ, ਬਸਰਮ ਹੁੰਦੇ ਨੇ ਬਹੁਤੇ, ਬਸਰਮ ਹੁੰਦੇ ਨੇ, ਹੋਰ ਹੁਣ ਤਾਂ ਛਾਤੀ 'ਚ ਲੱਤਾਂ ਖਾਣੀਆਂ ਨੇ, ਉਤੋਂ ਘਰ ਵਾਲੇ ਤੋਂ ਵੀ ਕੁੱਟ ਖਾਣੀ ਹੈ, ਬਸ ਖਹਿੜਾ ਛੱਡ ਦੇ ਉਹਦਾ ਰਹਿਣ ਦੇ। ਸਾਲਿਆ ਪੰਗੇ ਲੱਡਾ ਸੁਧਰ ਜਾ, ਐ ਨਾ ਸਮਝੀ ਸਾਲਿਆ, ਬਚਾਲੋ ਪਾੜ ਪਾਏ ਤੇਰੇ ਵਰਗੇ ਨੂੰ, ਬਚਾਲੋ ਪਾੜ ਪਾਏ। ਕਲਮ ਲਕਾਰੀ ਫਿਰ ਤੂੰ ਫੇਰ ਆ ਗਿਆ, ਤੇਰੇ ਨਾਲ ਕੌਣ ਪੰਗੇ ਲੈਂਦਾ, ਕਿਹਨੂੰ ਤੂੰ ਬਚਾਲੋ ਪਾੜਨਾ, ਪੈ ਜਾ ਚੁੱਪ ਕਰਕੇ, ਤੇਰੀ ਪੱਤ ਜੀ ਦੀ ਤੇਰਾ ਬਾਪੂ ਉੱਠ ਖੜਿਆ, ਤੇਰੀ ਮੰਮੀ ਉੱਠ ਖੜੀ ਨਾ, ਤੇਰੇ ਐਸੇ ਚਿੱਤਰ ਕੁੱਟਣਗੇ, ਤੀ ਇੱਕ ਦਿਨ ਆ ਕੇ ਲੱਗ ਜਾਣਾ, ਬਚਾਲੋ ਬੰਦੇ ਪਾੜ ਦੇਗੇ ਚੱਕਰ ਤੇਰੇ ਭੈਣ ਨੂੰ। ਭਾਈ ਅਸੀਂ ਤੇ ਤੋਂ ਡਰ ਕੇ, ਮੇਰੀ ਸਰਕਾਰ ਨੂੰ ਬੇਨਤੀ ਆ ਵੀ ਇਹਨੂੰ ਪੜ ਕੇ ਅੰਦਰ ਕਰ ਦਿਓ, ਚਾਹੇ ਦੀ ਕਲਮ ਖੋਲੋ, ਤੀ ਇੱਕ ਦਿਨ ਆ ਕੇ ਲੱਗ ਜਾਣਾ, ਤੇਰੀ ਪੱਤ ਜੀ ਦੀ ਜਲੂਸ ਕੱਢੀ ਬੱਠ ਤੇ ਗੂੰ ਪਿਆ ਫਿਰ ਐ ਲੱਗਦਾ ਤੁਰਿਆ ਆਉਂਦਾ, ਉਹ ਤੂੰ ਕਿਉਂ ਜਲੂਸ ਕੱਢਿਆਗਾ ਉੱਥੇ ਫਿਰਦਾ, ਉਹ ਜਾਂ ਤਾਂ ਵੀਰ ਬਣ ਕੇ ਮੁੰਡਾ ਬਣ ਜਾ ਕੁੜੀ ਬਣ ਜਾ, ਕਿਉਂ ਗਾਲਾਂ ਖਾਣਾ ਲੋਕਾਂ ਤੋਂ, ਤੈਨੂੰ ਦੇਖ ਕੇ ਤੇਰੇ ਲਪੇੜੇ ਲਾਉਣ ਨੂੰ ਜੀ ਕਰਦਾ, ਕਿਹੋ ਜਿਹੀ ਚੀਜ਼ ਆ ਤੂੰ, ਸ਼ਹਿ ਕੀ ਹੈ, ਦਿਨੋ ਦਿਨ ਪੰਜਾਬ 'ਚ ਇਹੋ ਜਿਹੀਆਂ ਚੀਜ਼ਾਂ ਵੱਧਦੀਆਂ ਜਾਂਦੀਆਂ ਨੇ, ਮੈਂ ਦੇਖ ਲੈ। ਆਹੋ ਇਹਨੇ ਹੁਣ ਹੁਣ ਆਈਆਂ ਘੋੜਾ ਉਹ ਤੇ ਨਹੀਂ, ਹੁਣ ਕੀ ਬਾਪੂ ਨੂੰ ਵੀ ਚਲ ਗਈ ਨਹੀਂ ਵੀਡੀਓ ਤੇ, ਆਹੋ ਉਹਦੇ ਹੁਣ ਮਾਮਲਾ ਠੰਡਾ ਪੈ ਗਿਆ, ਨਹੀਂ ਕੋਈ ਗੱਲ, ਠੰਡਾ ਖਾ ਤੋ ਮੈਂ ਜਾਵਾਂ ਹੁਣ।
ਤੂੰ ਤੇ ਅਮੈਰੀਕਾ ਦਾ ਆਂਦਾ ਅਮੈਰੀਕਾ ਚ ਮੇਰਾ ਹੱਥ ਅਮੈਰੀਕਾ ਬਾਪੂ ਅਮੈਰੀਕਾ ਚਲ ਗਿਆ ਕਦੋਂ ਦਾ ਬੜੇ ਚਿਰ ਦਾ ਉਹ ਕਾਹਦੇ ਬੇਸ ਚ ਗਿਆ ਉਹ ਇੱਦਾਂ ਗੁਰਦਾਰੇ ਦੇ ਬੇਸ ਤੇ ਗਿਆ ਬੇਚਾਰੇ ਨੇ ਚਪੇੜਾਂ ਵੀ ਖਾਧੀਆਂ ਤੇ ਕੁਝ ਬਣਿਆ ਵੀ ਨੀ, ਠੀਕ ਹੈ ਨਾ। ਹੁਣ ਲੋਕ ਇਹਨੂੰ ਘੇਰ ਘੇਰ ਪੁੱਛਦੇ ਵੀ ਕੀ ਗੱਲ ਹੋ ਗਈ, ਵੀ ਐ ਹੋ ਗਈ, ਉਹ ਹਾਈਲਰਸ ਨੀ ਪਾਤੀ ਦੀ। ਉਹ ਬਾਈ ਉਹਨੂੰ ਘੇਰ ਘੇਰ ਕੇ ਨਾ ਪੁੱਛੋ, ਕਈ ਵਾਰ ਬੰਦਾ ਟੈਨਸ਼ਨ ਲੈ ਜਾਂਦਾ, ਤੁਹਾਡੇ ਗੱਲ ਪੈ ਜਾਂਦਾ, ਉਹਨੂੰ ਨਾ ਤੰਗ ਕਰੋ ਮੁੱਗਾ। ਰਾਤ ਗਈ ਤੇ ਬਾਤ ਗਈ, ਬੇਚਾਰੇ ਨੂੰ ਕਿਉਂ ਘੇਰ ਘੇਰ ਉਹਨੂੰ ਪੁੱਛੀ ਜਾਂਦੇ। ਉਹ ਤਾਂ ਪਹਿਲੇ ਹੀ ਬਹੁਤ ਦੁੱਖ ਆ, ਕੱਪੜੇ ਭਗਾ ਭਗਾ ਮਾਰਦਾ ਹਰਖਿਆ ਫਿਰਦਾ ਇਹਦੀ ਭੈਣ ਨੂੰ, ਲਪੇੜੇ ਲਪੂੜੇ ਖਾ ਕੇ ਉਦੋਂ ਬਾਅਦ ਵੀਡੀਓ ਪਾਤੀ, ਉਹ ਭੈਣ ਵਾਲੀ ਵੀਡੀਓ ਪਾਤੀ ਬੇਚਾਰੇ ਨੇ। ਗਿਆਨੀ ਬੱਸ ਕਰ, ਹੁਣ ਤੇਰਾ ਉਹਦਾ ਘਰ ਵਾਲਾ ਵੀ ਤੈਨੂੰ ਕੁੱਟੂਗਾ, ਨਾ ਲੈ ਪੰਗੇ। ਵਿਆਹੀ ਗਈ ਹੁਣ ਉਹ ਵਿਆਹੀ ਗਈ, ਤੈਨੂੰ ਹੋਰ ਰਿਸ਼ਤਾ ਕਰ ਲਾਂਗੇ, ਵਧੀਆ ਸਰਦਾਰ ਮੁੰਡਾ ਹੈਗਾ ਤੂੰ, ਕਿਉਂ ਪੰਗੇ ਲੈਣਾ ਉਹਦੇ ਨਾਲ, ਉਹ ਤਾਂ ਵੀਡੀਓ ਵਾਇਰਲ ਹੋ ਗਈ। ਓਏ ਤੇਰੀ ਫੇਰ, ਤੂੰ ਜਿੱਥੇ ਫੇਰ ਉਹੀ ਗੱਲਾਂ ਕਰੀ ਜਾਂਦਾ, ਤੈਨੂੰ ਕਹਿ ਤਾ ਵੀ ਇਹ ਟੋਪਿਕ ਤੇ ਗੱਲ ਨਾ ਕਰੇ, ਲੁੱਚੀਆਂ ਗੱਲਾਂ ਨੀ ਹੈ, ਤੂੰ ਨਹੀਂ ਇਹ ਚੀਜ਼ਾਂ ਬਾਰੇ ਬੋਲਣਾ, ਬੋਲਿਆ ਜਾਂਦਾ ਹੈ, ਕੀ ਕਰੀਏ। ਹਾਂਜੀ, ਕੀ ਹਾਲ ਨੇ ਮਿੱਤਰੋ, ਉਮੀਦ ਕਰਦਾ ਤੁਹਾਨੂੰ ਸਾਰੀ ਵੀਡੀਓ ਪਸੰਦ ਆਊਗੀ, ਅਤੇ ਇੱਦਾਂ ਹੀ ਪਿਆਰ ਬਣਾ ਕੇ ਰੱਖੋ। ਜਿਨ੍ਹਾਂ ਨੇ ਵੀਡੀਓ ਦੇਖ ਲਈ, ਚੈਨਲ ਲਾਈਕ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ। ਅੱਗੇ ਵੀਡੀਓ ਲੈ ਕੇ ਆਵਾਂਗੇ, ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਵੀ ਆਪਾਂ ਆਲੂ ਦੇ ਵੀਡੀਓ ਲੈ ਕੇ ਆਈਏ ਜਾਂ ਨਾ, ਤਾਂ ਕਮੈਂਟਾਂ ਦੇ ਵਿੱਚ ਆਲੂ ਆਲੂ ਲਿਖ ਦਿਓ ਇੱਕ ਵਾਰੀ। ਇਸ ਵੀਡੀਓ 'ਤੇ ਆਪਾਂ 5000 ਲਾਈਕ ਕਰਨਾ, ਜੇ 5000 ਲਾਈਕ ਹੋ ਗਿਆ ਪੂਰਾ, ਤਾਂ ਆਪਾਂ ਅਗਲੀ ਵੀਡੀਓ ਆਲੂ 'ਤੇ ਪੱਕੀ ਲੈ ਕੇ ਆਵਾਂਗੇ। ਬਾਕੀ ਸਾਰਿਆਂ ਨੂੰ ਲਵ ਯੂ ਆ, ਇੱਦਾਂ ਹੀ ਪਿਆਰ ਬਣਾ ਕੇ ਰੱਖ, ਆਪਣਾ 30,000 ਸਬਸਕ੍ਰਾਈਬਰ ਹੋ ਗਿਆ, ਹੌਲੀ ਹੌਲੀ 50 ਵੀ ਹੋ ਜੂਗਾ। ਜਿੱਥੇ ਤੇਰਾ ਘਰ ਵਾਲਾ ਨਹੀਂ ਕੰਮ ਆ ਸਕਿਆ, ਉੱਥੇ ਤੇਰਾ ਆਸ਼ਕ ਕੰਮ ਆਊ। ਆ ਗਿਆਨੀ ਕਿਹੜਾ ਘੱਟ ਲੁੱਚਾ ਲਫੇੜੇ ਖਾ ਕੇ ਵੀ ਨਹੀਂ ਟਿਕਦਾ, ਮੇਰਾ ਸਾਲਾ ਲਫੇੜੇ ਖਾ ਕੇ ਨਹੀਂ ਟਿਕਦਾ, ਸਾਲਾ ਮਾਊ ਜਾ।